ਸਰ ਸ਼ਟਰਾਂ ਦਾ ਕੰਮ ਤਾਂ ਡੇਢ ਮਹੀਨਾ ਹੋ ਗਿਆ ਬੰਦ ਹੈ ਜੀ, ਲਾਈਨ ਚੇਂਜ ਨਹੀਂ। ਮੇਰੇ ਉੱਤੇ ਇੱਕ ਦੋ ਬੰਦੇ ਰੱਖੇ ਆ ਜੀ, ਬਾਕੀ ਬੰਦੇ ਭੱਜ ਗਏ। ਉਹ ਕਹਿੰਦੇ ਭਾਈ ਤੂੰ ਤਾਂ ਭੁੱਖਾ ਮਰਨਾ ਸੀਗਾ, ਨਾਲ ਸਾਨੂੰ ਵੀ ਮਾਰਦਾ। ਲੋਕ ਸਭਾ ਚੋਣਾਂ ਵਿੱਚ ਜਲੰਧਰ ਤੋਂ ਮਾਤਰ 9 ਵੋਟਾਂ ਹਾਸਲ ਕਰਨ ਵਾਲੇ ਨੀਟੂ ਸ਼ਟਰਾਂ ਵਾਲਾ ਲਗਾਤਾਰ ਪ੍ਰਸਿੱਧੀ ਪਾ ਰਹੇ ਨੇ ਅਤੇ ਹੁਣ ਉਹ ਫਿਲਮਾਂ ਵਿੱਚ ਵੀ ਕੰਮ ਕਰ ਰਹੇ ਨੇ। ਛੇਤੀ ਹੀ ਉਹਨਾਂ ਦੀ ਇੱਕ ਫਿਲਮ ਆਉਣ ਵਾਲੀ ਹੈ। ਲੁਧਿਆਣਾ ਪੁੱਜੇ ਨੀਟੂ ਸ਼ਟਰਾਂ ਵਾਲੇ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੀ ਬੀਤੇ ਦਿਨੀ ਦ ਗ੍ਰੇਟ ਖਲੀ ਨਾਲ ਮੁਲਾਕਾਤ ਹੋਈ ਸੀ ਅਤੇ ਉਹਨਾਂ ਨੇ ਉਸ ਨੂੰ ਸ਼ੂਟਿੰਗ ਕਰਨ ਨੂੰ ਕਿਹਾ ਹੈ ਅਤੇ ਹੁਣ ਉਹਨਾਂ ਦੀ ਇੱਕ ਫਿਲਮ ਆ ਰਹੀ ਹੈ। ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਹ ਦੁਬਾਰਾ ਚੋਣ ਲੜਨ ਦੇ ਇੱਛੁੱਕ ਹਨ, ਹਾਲਾਂਕਿ ਆਪਣਾ ਸ਼ਟਰ ਵਾਲਾ ਕੰਮ ਵੀ ਜਾਰੀ ਰੱਖਣਗੇ। ਇਸ ਤੋਂ ਇਲਾਵਾ ਉਹਨਾਂ ਦੀ ਕਈ ਫਿਲਮੀ ਕਲਾਕਾਰਾਂ ਨਾਲ ਬੈਠਕ ਹੋਈ ਹੈ ਜਿਨ੍ਹਾਂ ਨੇ ਉਸ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ NRI ਵਰਗ ਵੀ ਉਹਨਾਂ ਨੂੰ ਸਮਰਥਨ ਦੇ ਰਿਹਾ ਹੈ। ਪਾਰਸ ਜੀ ਔਰ ਸੰਜੀਵ ਪਾਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਬੜਾ ਆਦਰ ਮਾਨ ਸਨਮਾਨ ਦਿੱਤਾ। ਜੇ ਕਦੀ ਕੋਈ ਇਹਨਾਂ ਨੂੰ ਲੋੜ ਪਵੇ ਮੇਰੇ ਸਹਿਯੋਗ ਦੀ, ਮਾੜਾ ਮੋਟਾ ਜੋ ਵੀ ਹੋਵੇਗਾ ਮੈਂ ਤਿਲ ਫੁੱਲ ਜ਼ਰੂਰ ਇਹਨਾਂ ਵਾਸਤੇ ਕਰਾਂਗਾ। ਔਰ ਆਪਾਂ ਭਗਤ ਸਿੰਘ ਦੀ ਸੋਚ 'ਤੇ ਚੱਲਣਾ। ਭਗਤ ਸਿੰਘ ਜੀ ਨੇ ਕਿਹਾ ਸੀਗਾ ਵੀ ਧੀਆਂ ਸਾਡੀਆਂ ਧਿਆਣੀਆਂ ਵਾ, ਇਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਣਾ। ਕੁੜੀਆਂ ਨੂੰ ਪਿਆਰ ਕਰੋ, ਦੇਖੋ ਕੁੜੀਆਂ ਧੀਆਂ ਧਿਆਣੀਆਂ ਹੁੰਦੀਆਂ, ਬਗਾਨੇ ਘਰ ਜਾਣੀਆਂ, ਠੀਕ ਆ ਜੀ। ਇਹਨਾਂ ਦੇ ਪੂਰਾ ਸਾਡਾ ਚਾਹੀਦਾ ਵੀ ਇਹਨਾਂ ਦਾ ਆਦਰ ਮਾਣ ਕਰਨਾ, ਔਰ ਜਿਹੜਾ ਇਹਨਾਂ ਦੀ ਗਲਤ ਨਿਗਾਹ ਦੇਖਦਾ ਉਹਨੂੰ ਅਸੀਂ ਛੱਡਣਾ ਨਹੀਂ ਹੈਗਾ। ਆਪਣੇ ਜਿਹੜੇ ਦੇਸ਼ ਦੇ ਪੰਛੀ ਹੈਗੇ ਆ ਉਹ ਸਾਰੇ ਪਾਣੀ ਤੋਂ ਪਿਆਸੇ ਮਰ ਰਹੇ ਆ, ਉਹਨਾਂ ਨੂੰ ਤੁਸੀਂ ਪਾਣੀ ਪਿਆਓ। ਕਿਉਂਕਿ ਦੇਖੋ ਮੈਨੂੰ ਪਿਆਸ ਲੱਗੀ ਸੀ, ਮੈਂ ਤਾਂ ਬੋਤਲ ਮੰਗ ਕੇ ਪਾਣੀ ਪੀ ਲਿਆ, ਉਹ ਵਿਚਾਰੇ ਕਿੱਥੋਂ ਪਾਣੀ ਪੀਣਗੇ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਆਪਾਂ ਭਾਈ ਭਾਈ ਸਮਾਜ ਵਿੱਚ ਰਹਿ ਕੇ ਚੰਗੇ ਕੰਮ ਕਰੀਏ ਔਰ ਚੰਗੀ ਸਿਹਤ ਪਾਵਾਂਗੇ। ਮੈਂ ਫਗਵਾੜੇ ਵਿੱਚ ਆਜ਼ਾਦ ਲੜਨਾ ਚਾਹੁੰਦਾ। ਪਤਾ ਕਿ ਪਾਰਟੀ ਵੱਲ ਤਾਂ ਲੈਣਾ ਕਿ ਜਨਤਾ ਬੜਾ ਪਿਆਰ ਦੇ ਰਹੀ ਹੈ, ਅਗਰ ਪਾਰਟੀ ਵਿੱਚ ਚਲ ਗਿਆ ਫਿਰ ਮੈਨੂੰ ਪਾਰਟੀ ਦੀ ਮੰਨੀ ਪੈਣੀ, ਮੈਨੂੰ ਨਹੀਂ ਕੁਝ ਚਾਹੀਦਾ। ਸਰ ਸ਼ਟਰਾਂ ਦਾ ਕੰਮ ਤਾਂ ਡੇਢ ਮਹੀਨਾ ਹੋ ਗਿਆ ਬੰਦ ਹੈ ਜੀ, ਲਾਈਨ ਚੇਂਜ ਨਹੀਂ। ਮੇਰੇ ਉੱਤੇ ਇੱਕ ਦੋ ਬੰਦੇ ਰੱਖੇ ਆ ਜੀ, ਬਾਕੀ ਬੰਦੇ ਭੱਜ ਗਏ। ਉਹ ਕਹਿੰਦੇ ਭਾਈ ਤੂੰ ਤਾਂ ਭੁੱਖਾ ਮਰਨਾ ਸੀਗਾ, ਨਾਲ ਸਾਨੂੰ ਵੀ ਮਾਰਦਾ। ਸਰ ਜਦ ਜਨਤਾ ਦੇਸ਼ ਦੀ ਇੰਨੀ ਨਾਲ ਖੜੀ ਹੈ ਤਾਂ ਮੈਂ ਜੀ ਅੱਗੇ ਨਿਕਲੂੰਗਾ ਜੀ, ਮੈਂ ਕੋਈ ਨਾ ਕੋਈ ਕੰਮ ਵਧੀਆ ਕਰਕੇ ਦਿਖਾਊਂਗਾ। ਮੈਂ ਚਾਹੁੰਦਾ ਕਿ ਇਸ ਤਰ੍ਹਾਂ ਦੇ ਪ੍ਰਤੀਨਿਧਿਤਵ ਹੋਣੇ ਚਾਹੀਦੇ ਨੇ, ਇਮਾਨਦਾਰ ਅਤੇ ਅੱਛੀ ਸੋਚ ਰੱਖਣ ਵਾਲੇ। ਜਿੱਦਾਂ ਉਹਨਾਂ ਨੇ ਕਿਹਾ ਕਿ ਲੜਕੀਆਂ ਦਾ ਰੇਪ ਹੋ ਰਿਹਾ ਆ ਅਤੇ ਪੰਛੀਆਂ ਨੂੰ ਪਾਣੀ ਨਹੀਂ ਮਿਲ ਰਿਹਾ, ਕਿੰਨੀ ਪਿਆਰੀ ਸੋਚ ਹੈ। ਅਗਰ ਇਹ ਸੋਚ ਹਰ ਇਨਸਾਨ ਦੇ ਵਿੱਚ ਹੋਏਗੀ ਤਾਂ ਇੱਥੇ ਕੋਈ ਨਾ ਪਿਆਸਾ ਸੋਏਗਾ, ਨਾ ਕੋਈ ਲੜਕੀਆਂ ਨਾਲ ਬੁਰੀ ਨਜ਼ਰ ਨਾਲ ਦੇਖ ਸਕੇਗਾ। ਨੀਟੂ ਸ਼ਟਰਾਂ ਵਾਲੇ ਦੀ ਸੋਚ ਜੋ ਹੈ ਉਹ ਇੱਕ ਪੰਜਾਬ ਦੇ ਭਵਿੱਖ ਵਾਸਤੇ ਹੈ, ਹਿੰਦੁਸਤਾਨ ਦੇ ਭਵਿੱਖ ਵਾਸਤੇ ਹੈ, ਹਿੰਦੁਸਤਾਨ ਦੇ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਵਾਸਤੇ ਹੈ, ਅਤੇ ਉਹਨਾਂ ਦਾ ਜੋ ਸੁਨੇਹਾ ਹੈ ਉਹ ਇੱਕ ਹਰ ਘਰ ਵਾਸਤੇ ਹੈ। ਉਹਨਾਂ ਦੀ ਜਿਹੜੀ ਸੋਚ ਹੈ, ਜੋ ਉਹਨਾਂ ਦੀ ਮੰਗ ਹੈ ਪ੍ਰਧਾਨ ਮੰਤਰੀ ਜੀ ਨੂੰ ਜਾਂ ਸਾਡੇ ਕੈਪਟਨ ਸਾਹਿਬ ਨੂੰ, ਉਹ ਮੰਗ ਬਿਲਕੁਲ ਸਹੀ ਹੈ, ਮੈਂ ਉਸਦਾ ਪੂਰੀ ਤਰ੍ਹਾਂ ਸਮਰਥਨ ਕਰਦਾ। ਹਾਂਜੀ, ਅਤੇ ਸਪੈਸ਼ਲੀ ਮੈਂ ਵੀਰ ਵਾਸਤੇ ਸ਼ਗਨ ਲੈ ਕੇ ਆਇਆ। ਸੋ ਨੀਟੂ ਵੀਰ ਨੂੰ ਮੇਰੀ ਰਿਕੁਐਸਟ ਹੈ ਕਿ ਇਹਨਾਂ ਨੂੰ ਖਿੜੇ ਮੱਥੇ ਕਬੂਲ ਕਰੇ, ਮੇਰੀ ਛੋਟੀ ਜਿਹੀ ਭੈਣ ਲੈ। ਸੁਰਿੰਦਰ ਅਰੋੜਾ ਦੇ ਨਾਲ ਲੁਧਿਆਣਾ ਵਿਊ।